ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਤੁਹਾਡਾ ਸਭ ਦਾ ਆਪਣੇ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਤਾਂ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਕੂਲ ਆਫ ਐਮੀਨਸ ਅਤੇ ਮੈਰੀਟੋਰੀਅਸ ਸਕੂਲ ਦਾ ਜੋ ਇੰਟਰੈਂਸ ਐਗਜ਼ਾਮ ਕਲਾਸ 9th ਔਰ ਕਲਾਸ 11th ਦੇ ਲਈ ਹੋਇਆ ਸੀ, ਉਸਦੇ ਨਾਲ ਸੰਬੰਧ ਦੇ ਵਿੱਚ ਅਸੀਂ ਅੱਜ ਲੇਟੈਸਟ ਅਪਡੇਟ ਸ਼ੇਅਰ ਕਰਨ ਜਾ ਰਹੇ ਹਾਂ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ 'ਤੇ ਨਵੇਂ ਹੋ, ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਬੈੱਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਤਾਂ ਇਸ ਦੇ ਨਾਲ ਹੀ ਲੇਟੈਸਟ ਜਿਹੜੀ ਅਪਡੇਟ ਹੈ ਕਿ ਸਕੂਲ ਆਫ ਐਮੀਨਸ ਅਤੇ ਮੈਰੀਟੋਰੀਅਸ ਸਕੂਲ ਦੇ ਲਈ ਜੋ ਇੰਟਰੈਂਸ ਐਗਜ਼ਾਮ ਕਰਵਾਇਆ ਗਿਆ ਸੀ, ਸਭ ਤੋਂ ਪਹਿਲਾਂ ਉਸਦੀ ਜਿਹੜੀ ਹੈ ਆਨਸਰ ਕੀ ਜਿਹੜੀ ਹੈ ਰਿਵਾਈਜ਼ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ 27 ਅਪ੍ਰੈਲ 2024 ਦੀ ਲੇਟੈਸਟ ਅਪਡੇਟ ਹੈ, 27 ਅਪ੍ਰੈਲ 2024 ਦੀ। ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਜਿਹੜੀ ਆਨਸਰ ਕੀ ਹੈ ਉਹ ਰਿਵਾਈਜ਼ ਕੀਤੀ ਗਈ ਹੈ। ਤੁਸੀਂ ਇੱਥੇ ਕਲਿੱਕ ਕਰੋਗੇ, ਡਾਊਨਲੋਡ 'ਤੇ ਕਲਿੱਕ ਕਰੋਗੇ ਅਤੇ ਤੁਸੀਂ ਜਿਹੜੀ ਰਿਵਾਈਜ਼ਡ ਆਨਸਰ ਕੀ ਹੈ ਉਹ ਚੈੱਕ ਕਰ ਸਕਦੇ ਹੋ। ਜਿਵੇਂ ਕਿ ਤੁਹਾਡਾ ਅਗਰ 9th ਕਲਾਸ ਸੈੱਟ ਏ ਬੀ ਸੀ ਜਿਹੜਾ ਵੀ ਤੁਹਾਡਾ ਸੈੱਟ ਹੈ ਉਸ ਅਕੋਰਡਿੰਗ ਤੁਸੀਂ ਆਨਸਰ ਕੀ ਜਿਹੜੀ ਆਪਣੀ ਰਿਵਾਈਜ਼ ਜਿਹੜੀ ਹੈ ਇੱਕ ਵਾਰ ਫਿਰ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਨੀਚੇ ਆ ਗਿਆ ਕਲਾਸ 11th, ਸੈੱਟ ਏ, ਸੈੱਟ ਬੀ ਅਤੇ ਸੈੱਟ ਡੀ। ਉਸ ਤੋਂ ਬਾਅਦ ਤੁਸੀਂ ਸੈਕਿੰਡ ਕੋਲਮ ਦੇਖ ਸਕਦੇ ਹੋ ਜਿਸ ਦੇ ਵਿੱਚ ਦੱਸਿਆ ਕਿ ਰਿਜ਼ਲਟ ਆਫ ਇੰਟਰੈਂਸ ਐਗਜ਼ਾਮੀਨੇਸ਼ਨ ਆਫ 11th ਕਲਾਸ ਫਾਰ ਸਕੂਲ ਆਫ ਐਮੀਨਸ ਅਤੇ ਮੈਰੀਟੋਰੀਅਸ ਸਕੂਲ ਦਾ ਜਿਹੜਾ ਰਿਜ਼ਲਟ ਹੈ ਉਹ 11th ਆ ਜਿਹੜਾ ਰਿਜ਼ਲਟ ਹੈ ਉਹਨਾਂ ਨੇ ਆਊਟ ਕਰ ਦਿੱਤਾ ਗਿਆ। ਔਰ ਇਹ ਤੁਸੀਂ ਜਿਹੜਾ ਰਿਜ਼ਲਟ ਹੈ ਆਪਣੇ ਡਿਸਟ੍ਰਿਕਟ ਵਾਈਜ਼ ਜਿਹੜਾ ਉਹ ਚੈੱਕ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਉੱਪਰ ਦੇਖ ਸਕਦੇ ਹੋ ਕਿ ਕਲਾਸ 11th ਦਾ ਜਿਹੜਾ ਰਿਜ਼ਲਟ ਹੈ ਡਿਸਟ੍ਰਿਕਟ ਤੋਂ ਬਾਅਦ ਅਗਰ ਤੁਸੀਂ ਸਕੂਲ ਆਫ ਐਮੀਨਸ ਦੇ ਵਿੱਚ ਰਿਜ਼ਲਟ ਦੇਖਣਾ ਤਾਂ ਸਕੂਲ ਆਫ ਐਮੀਨਸ ਦਾ ਦੇਖ ਸਕਦੇ ਹੋ। ਉਸ ਅਗਰ ਤੁਸੀਂ ਮੈਰੀਟੋਰੀਅਸ ਸਕੂਲ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਇੱਧਰ ਕਲਿੱਕ ਕਰੋਗੇ ਤਾਂ ਮੈਰੀਟੋਰੀਅਸ ਸਕੂਲ ਦੇ ਵਿੱਚ ਦੇਖ ਸਕਦੇ ਹੋ। ਸਾਰਾ ਜਿਹੜਾ ਰਿਜ਼ਲਟ ਹੈ ਉਹ ਡਿਸਟ੍ਰਿਕਟ ਵਾਈਜ਼ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ ਕਿ ਅੰਮ੍ਰਿਤਸਰ, ਬਠਿੰਡਾ, ਬਰਨਾਲਾ ਜਿਹੜੇ ਵੀ ਡਿਸਟ੍ਰਿਕਟ ਦੇ ਵਿੱਚ ਤੁਸੀਂ ਐਗਜ਼ਾਮ ਦਿੱਤਾ ਹੈ ਉਸ ਡਿਸਟ੍ਰਿਕਟ ਵਾਈਜ਼ ਤੁਸੀਂ ਆਪਣਾ ਜਿਹੜਾ ਰਿਜ਼ਲਟ ਹੈ ਉਹ ਚੈੱਕ ਕਰ ਸਕਦੇ ਹੋ। ਜਿਵੇਂ ਕਿ ਮੈਂ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਕਲਿੱਕ ਕਰਦਾ, ਔਰ ਜਿਵੇਂ ਹੀ ਤੁਸੀਂ ਕਲਿੱਕ ਕਰੋਗੇ ਤਾਂ ਜਿਹੜਾ ਰਿਜ਼ਲਟ ਹੈ ਉਹ ਤੁਹਾਡੇ ਕੋਲ ਡਾਊਨਲੋਡ ਹੋ ਜਾਏਗਾ। ਤਾਂ ਇਹ ਤੁਸੀਂ ਦੇਖ ਸਕਦੇ ਹੋ ਡਿਸਟ੍ਰਿਕਟ ਨੰਬਰ 060 ਗੁਰਦਾਸਪੁਰ, ਇਹਦੇ 'ਚ ਆ ਗਿਆ ਜੀ ਰਿਜ਼ਲਟ ਫਾਰ ਮੈਰੀਟੋਰੀਅਸ ਸਕੂਲ। ਤਾਂ ਮੈਂ ਮੈਰੀਟੋਰੀਅਸ ਸਕੂਲ ਦਾ ਜਿਹੜਾ ਰਿਜ਼ਲਟ ਹੈ ਉਹ ਕਲਿੱਕ ਕੀਤਾ, ਡਾਊਨਲੋਡ ਕੀਤਾ ਅਤੇ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਸੀਰੀਅਲ ਨੰਬਰ 227 ਸੀਰੀਅਲ ਨੰਬਰ ਆ ਗਿਆ ਫਸਟ ਨੰਬਰ ਦੇ ਸਟੂਡੈਂਟ ਦਾ। ਇਹ ਜਿਹੜਾ ਪੇਜ ਨੰਬਰ ਸਾਡੇ ਕੋਲ 11 ਆ, ਫਸਟ ਪੇਜ 'ਤੇ ਚੱਲਦੇ ਹਾਂ। ਤਾਂ ਇਹ ਦੇਖੋ ਜਿਸ ਤਰ੍ਹਾਂ ਸੀਰੀਅਲ ਨੰਬਰ ਆ ਗਿਆ ਸਾਡੇ ਕੋਲ, ਸੀਰੀਅਲ ਨੰਬਰ ਤੋਂ ਬਾਅਦ ਆ ਗਿਆ ਤੁਹਾਡਾ ਐਪਲੀਕੇਸ਼ਨ ਨੰਬਰ। ਐਪਲੀਕੇਸ਼ਨ ਨੰਬਰ ਤੁਸੀਂ ਅਪਲਾਈਡ ਫਾਰ ਬੋਥ, ਤੁਸੀਂ ਸਕੂਲ ਆਫ ਐਮੀਨਸ ਦੇ ਵਿੱਚ ਅਤੇ ਮੈਰੀਟੋਰੀਅਸ ਸਕੂਲ ਦੋਨਾਂ ਦੇ ਵਿੱਚ ਅਪਲਾਈ ਕੀਤਾ ਹੈ। ਉਸ ਤੋਂ ਬਾਅਦ ਤੁਹਾਡਾ ਐਪਲੀਕੇਸ਼ਨ ਨੰਬਰ ਤੋਂ ਬਾਅਦ ਤੁਹਾਡਾ ਰੋਲ ਨੰਬਰ ਆ ਗਿਆ, ਉਸ ਤੋਂ ਬਾਅਦ ਆ ਗਿਆ ਨੇਮ ਅਤੇ ਫਾਦਰ ਨੇਮ ਆ ਗਿਆ, ਡੇਟ ਆਫ ਬਰਥ ਆ ਗਿਆ, ਉਸ ਤੋਂ ਬਾਅਦ ਤੁਹਾਡਾ ਜੈਂਡਰ ਆ ਗਿਆ ਫੀਮੇਲ ਆ ਗਿਆ, ਕੈਟਾਗਰੀ ਆ ਗਈ, ਉਸ ਤੋਂ ਬਾਅਦ ਫੈਮਿਲੀ ਹੈੱਡ ਆ ਗਿਆ,
ਬੋਰਡ ਆ ਗਿਆ ਤੁਹਾਡੇ ਕੋਲ ਪੰਜਾਬ ਸਕੂਲ ਐਜੂਕੇਸ਼ਨ, ਉਸ ਤੋਂ ਬਾਅਦ ਤੁਹਾਨੂੰ ਇਹ ਨੰਬਰ ਦਿੱਤੇ ਕਿ ਰੀਜਨਿੰਗ ਵਿੱਚ ਅਗਰ ਫਸਟ ਕੈਂਡੀਡੇਟ ਦੀ ਗੱਲ ਕਰੀਏ ਇਹਦੇ 0 ਨੰਬਰ ਹੈ, ਔਰ ਉਸ ਤੋਂ ਬਾਅਦ ਰੀਜਨਿੰਗ ਅਤੇ ਸਬਜੈਕਟ ਦੇ ਜਿਹੜਾ ਪੇਪਰ ਸੀ 0 ਨੰਬਰ ਹੈ, ਟੋਟਲ 0 ਨੰਬਰ ਹੈ, ਰਿਜ਼ਲਟ ਏ ਆ ਗਿਆ, ਐਬਸੈਂਟ ਮੈਟ੍ਰਿਕ ਦੇ ਇਹਦੇ ਜਿਹੜੇ ਨੰਬਰ ਹੈ ਉਹ ਇੰਨੇ ਸੀ, ਨੋਟ ਕੁਆਲੀਫਾਈਡ ਆ ਗਿਆ। ਹੁਣ ਨੈਕਸਟ ਬੱਚਾ ਜਿਹਦੇ ਰੀਜਨਿੰਗ 'ਚੋਂ 21 ਨੰਬਰ ਹੈ ਔਰ ਸਬਜੈਕਟ ਵਿੱਚੋਂ 36 ਨੰਬਰ ਹੈ, ਔਰ ਟੋਟਲ ਨੰਬਰ ਇਹਦੇ ਕਿੰਨੇ ਆ ਗਏ 57 ਹੈ, ਅਤੇ ਇਹਦੇ 10th ਦਾ ਜਿਹੜਾ ਰਿਜ਼ਲਟ ਹੈ ਉਸਦੇ 70% ਨੰਬਰ ਹੈ, ਅਤੇ ਇਹ ਬੱਚਾ ਜਿਹੜਾ ਕੁਆਲੀਫਾਈਡ ਹੋਇਆ। ਤੋ ਇਸ ਤਰ੍ਹਾਂ ਤੁਸੀਂ ਜਿਹੜਾ ਆਪਣਾ ਰਿਜ਼ਲਟ ਜਿਹੜਾ ਚੈੱਕ ਕਰ ਸਕਦੇ ਹੋ, ਜਿਵੇਂ ਕਿ ਇਹ ਬੱਚਾ ਹੈ ਜੇ ਰੀਜਨਿੰਗ ਸਬਜੈਕਟ ਟੋਟਲ 'ਚ 0 ਨੰਬਰ ਹੈ ਅਤੇ ਨੋਟ ਕੁਆਲੀਫਾਈਡ ਆਇਆ, ਇੱਧਰ ਲਿਖਿਆ ਕੁਆਲੀਫਾਈਡ ਨੋਟ ਕੁਆਲੀਫਾਈਡ, ਜਿਹੜਾ ਬੱਚਿਆਂ ਦਾ ਟੈਸਟ ਕਲੀਅਰ ਹੈ ਉਹਨਾਂ ਨੂੰ ਕੁਆਲੀਫਾਈਡ ਕੀਤਾ ਗਿਆ, ਜਿਨ੍ਹਾਂ ਨੇ ਤਿੰਨੇ ਜਿਹੜੇ ਸੈਕਸ਼ਨ ਹੀ ਤੁਹਾਡੇ ਰੀਜਨਿੰਗ ਸਬਜੈਕਟ ਦੇ ਜਿਹੜੇ ਪਾਰਟ ਸੀ ਉਹਨਾਂ ਵਿੱਚ ਅਗਰ ਤੁਹਾਡਾ ਨੰਬਰ ਤਿੰਨਾਂ ਵਿੱਚੋਂ ਪਾਸ ਹੋਣਾ ਜ਼ਰੂਰੀ ਸੀ, ਇਸ ਕਰਕੇ ਤਿੰਨਾਂ ਦੇ ਅਲੱਗ ਅਲੱਗ ਜਿਹੜੇ ਹੈ ਨੰਬਰ ਦਿੱਤੇ ਗਏ ਹੈ। ਤੋ ਇਹ ਤੁਸੀਂ ਆਪਣਾ ਜਿਹੜਾ ਰਿਜ਼ਲਟ ਹੈ ਦੇਖ ਸਕਦੇ ਹੋ। ਇਸੇ ਤਰ੍ਹਾਂ ਹੀ ਅਗਰ ਤੁਸੀਂ ਸਕੂਲ ਆਫ ਐਮੀਨਸ ਵਿੱਚ ਦੇਖਣਾ ਚਾਹੁੰਦੇ ਤਾਂ ਮੈਂ ਇਹੀ ਲਿਸਟ ਜਿਹੜੀ ਹੈ ਸਕੂਲ ਆਫ ਐਮੀਨਸ ਦੀ ਦੇਖਦੇ ਹਾਂ, ਸਕੂਲ ਆਫ ਐਮੀਨਸ ਦੇ ਵਿੱਚ ਕਲਿੱਕ ਕਰਾਂਗੇ ਤਾਂ ਇਹ ਸਕੂਲ ਆਫ ਐਮੀਨਸ ਦੀ ਜਿਹੜੀ ਲਿਸਟ ਆ ਜਾਏਗੀ। ਤੋ ਦੇਖੋ ਇਸ ਦੇ ਵਿੱਚ ਵੀ ਸੇਮ ਉਹੀ ਆ ਗਿਆ ਸਟੂਡੈਂਟ, ਜਿਵੇਂ ਕਿ ਸੀਰੀਅਲ ਨੰਬਰ 1 ਆ ਗਿਆ, ਅਪਲਾਈਡ ਐਪਲੀਕੇਸ਼ਨ ਨੰਬਰ ਆ ਗਿਆ, ਅਪਲਾਈਡ ਬੋਥ ਵਿੱਚ ਅਪਲਾਈਡ ਕੀਤਾ, ਐਰੋਲ ਨੰਬਰ ਇੰਨਾ ਆ ਗਿਆ, ਇਹਦਾ ਫਾਦਰ ਨੇਮ ਆ ਗਿਆ, ਔਰ ਉਸ ਤੋਂ ਬਾਅਦ ਇਹਦੇ ਸਬਜੈਕਟ ਵਿੱਚੋਂ ਜਿਹੜੇ ਨੰਬਰ ਆ ਗਏ ਰੀਜਨਿੰਗ ਸਬਜੈਕਟ ਟੋਟਲ ਅਤੇ ਮੈਟ੍ਰਿਕ ਵਿੱਚੋਂ ਇੰਨੇ ਨੰਬਰ ਹੈ ਅਤੇ ਨੋਟ ਕੁਆਲੀਫਾਈਡ ਹੈ। ਹੁਣ ਦੇਖੋ ਦੂਸਰਾ, ਅਗਰ ਅਸੀਂ ਦੂਸਰੇ ਬੱਚੇ ਦੀ ਗੱਲ ਕਰੀਏ ਸੀਰੀਅਲ ਨੰਬਰ 2 ਵਾਲੇ, ਇਹਦਾ ਐਪਲੀਕੇਸ਼ਨ ਨੰਬਰ ਇੰਨਾ ਹੈ, ਲੇਕਿਨ ਸਕੂਲ ਆਫ ਇਹਨੂੰ ਇਕੱਲਾ ਸਕੂਲ ਆਫ ਐਮੀਨਸ ਦੇ ਲਈ ਹੀ ਅਪਲਾਈ ਕੀਤਾ ਹੈ, ਇਹਨੂੰ ਇਕੱਲਾ ਸਕੂਲ ਆਫ ਐਮੀਨਸ ਦੇ ਲਈ ਹੀ ਅਪਲਾਈ ਕੀਤਾ ਹੈ, ਤੋ ਇਹ ਬੱਚਾ ਜਿਹੜਾ ਆ ਗਿਆ ਕੁਆਲੀਫਾਈਡ। ਠੀਕ ਹੈ, ਇਸ ਤਰ੍ਹਾਂ ਹੀ ਜਿਨ੍ਹਾਂ ਨੇ ਸਕੂਲ ਆਫ ਐਮੀਨਸ ਅਤੇ ਮੈਰੀਟੋਰੀਅਸ ਸਕੂਲ ਦੋਨਾਂ ਵਿੱਚ ਹੈ ਉੱਥੇ ਤੁਹਾਨੂੰ ਬੋਥ ਮਿਲੇਗਾ, ਜਿਨ੍ਹਾਂ ਨੇ ਇਕੱਲਾ ਹੀ ਸਕੂਲ ਆਫ ਐਮੀਨਸ ਦੇ ਵਿੱਚ ਅਪਲਾਈ ਕੀਤਾ ਹੈ ਤਾਂ ਉਹਦਾ ਤੁਹਾਨੂੰ ਅਲੱਗ ਉਹਦਾ ਨਾਮ ਲਿਖਿਆ ਆ ਜਾਏਗਾ। ਤੋ ਇਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਰਿਜ਼ਲਟ ਹੈ ਡਿਸਟ੍ਰਿਕਟ ਵਾਈਜ਼ ਜਿਹੜਾ ਰਿਜ਼ਲਟ ਹੈ ਉਹ ਚੈੱਕ ਕਰ ਸਕਦੇ ਹੋ। ਨੀਚੇ ਜਿਹੜਾ ਇੱਕ ਲੀਜੀਬਿਲਟੀ ਕ੍ਰਾਈਟੀਰੀਆ ਦੱਸਿਆ ਗਿਆ, ਲੀਜੀਬਿਲਟੀ ਕ੍ਰਾਈਟੀਰੀਆ ਕਿ ਮਿਨੀਮਮ ਜਿਹੜੇ ਕੁਆਲੀਫਾਈ ਮਾਰਕਸ ਸੀ ਤੁਹਾਨੂੰ ਐਡਮਿਸ਼ਨ ਟੈਸਟ ਵਿੱਚ 35% ਜਿਹੜੇ ਆ ਨੰਬਰ ਲੈਣੇ ਚਾਹੀਦੇ ਸੀ, ਆਲ ਸਬਜੈਕਟ ਵਿੱਚੋਂ 35%, 35% ਆਲ ਵਿੱਚੋਂ, ਐਂਡ 35% ਇਨ ਰੀਜਨਿੰਗ, ਐਂਡ 40% ਜਿਹੜਾ ਤੁਹਾਡਾ ਟੋਟਲ 40% ਬਣਨਾ ਚਾਹੀਦਾ। ਸਟੂਡੈਂਟ ਫਰੋਮ ਰਿਜ਼ਰਵ ਕੈਟਾਗਰੀ, ਜਿਹੜੇ ਸਟੂਡੈਂਟ ਰਿਜ਼ਰਵ ਕੈਟਾਗਰੀ ਹੈ ਉਹ ਜਿਹੜੇ ਐਲੀਜੀਬਲ ਹੋਣਗੇ ਅਤੇ ਉਹਨਾਂ ਨੂੰ 5% ਮਾਰਕਸ ਜਿਹੜੀ ਹੈ ਰਿਲੈਕਸੇਸ਼ਨ ਦਿੱਤੀ ਜਾਏਗੀ ਟੂ ਜਿਹੜੇ ਉਹਨਾਂ ਦੇ ਟੋਟਲ ਐਗਰੀਗੇਟ ਮਾਰਕਸ ਹੋਣਗੇ। ਤੋ ਇਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਰਿਜ਼ਲਟ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਮੈਂਸ਼ਨ ਕੀਤਾ ਗਿਆ ਨੀਚੇ ਕੁਛ ਜਿਹੜੇ ਕੋਡ ਐਬਰੀਵੇਸ਼ਨ ਯੂਜ਼ ਕੀਤੀ, ਜੀ ਫੋਰ ਗੌਰਮੈਂਟ ਸਕੂਲ ਸੀ,
ਨੋਨ ਗਵਰਨਮੈਂਟ NGO ਆ ਗਿਆ ਕਿ ਨੋਨ ਗਵਰਨਮੈਂਟ ਸਕੂਲ ਹੈ, SOE ਯਾਨੀ ਸਕੂਲ ਆਫ ਐਮੀਨੈਂਸ ਹੈ, NA ਨੋਟ ਐਪਲੀਕੇਬਲ A ਦਾ ਮਤਲਬ ਐਬਸੈਂਟ ਹੈ, ਔਰ NQ ਦਾ ਮਤਲਬ ਨੋਟ ਕੁਆਲੀਫਾਈਡ ਹੈ, ਔਰ Q ਦਾ ਮਤਲਬ ਹੈ ਕਿ ਕੁਆਲੀਫਾਈਡ ਹੈ। ਤਾਂ ਇਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਰਿਜ਼ਲਟ ਹੈ ਉਹ ਚੈੱਕ ਕਰ ਸਕਦੇ ਹੋ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਧੰਨਵਾਦ। ਜੈ ਹਿੰਦ।